ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਹੁਸੈਣੀਵਾਲਾ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਰ ਗੇਂਦ ਦੇ ਇਲਾਵਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਨੇ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸਮਾਧੀ ਉੱਤੇ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਹੁਸੈਨੀਵਾਲਾ ਬਾਰਡਰ ਉੱਤੇ ਰੇਲਵੇ ਸਟੇਸ਼ਨ ਵੀ ਚਾਲੂ ਕੀਤਾ ਗਿਆ। 23 ਮਾਰਚ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ। ਅਸੀਂ ਸਾਰੇ ਪ੍ਰਸ਼ਾਸਨ ਵੱਲੋਂ ਸ਼ਰਧਾ ਦੇ ਫੁੱਲ ਪੇਂਟ ਕਰਨ ਆਏ ਹਾਂ ਭਗਤ ਸਿੰਘ ਜੀ ਨੂੰ, ਸੁਖਦੇਵ ਜੀ ਨੂੰ, ਰਾਜਗੁਰੂ ਜੀ ਨੂੰ। ਔਰ ਬੜਾ ਇੱਥੇ ਆ ਕੇ ਇੱਕ ਦੇਸ਼ ਭਗਤੀ ਦੀ ਫੀਲਿੰਗ ਆਉਂਦੀ ਹੈ। ਇਸ ਥਾਂ ਹੀ ਕੁਛ ਐਸਾ ਹੈ ਜਿਹੜਾ ਕੋਈ ਜਿਹਦੇ 'ਚ ਕੋਈ ਘੱਟ ਜਜ਼ਬਾ ਵੀ ਹੋਏਗਾ ਉਹ ਵੀ ਬੜਾ ਅੱਛੇ ਤਰੀਕੇ ਨਾਲ ਜਜ਼ਬਾ ਆਉਂਦਾ ਹੈ। ਔਰ ਇਹ ਜਜ਼ਬੇ ਦੀ ਅੱਛੀ ਫੀਲ ਲੈਣ ਲਈ ਅੱਜ ਅਸੀਂ ਬਾਈ ਟ੍ਰੇਨ ਆਏ ਹੈਗੇ ਹਾਂ ਫਿਰੋਜ਼ਪੁਰ ਸਿਟੀ ਤੋਂ। ਉਹ ਟ੍ਰੇਨ ਸੀਗੀ ਜਿਹਦੇ ਵਿੱਚ ਸ਼ਹੀਦਾਂ ਨੇ ਵੀ ਸਫ਼ਰ ਕੀਤਾ ਹੋਏਗਾ। 1887 ਦੇ ਵਿੱਚ ਇਹ ਟ੍ਰੇਨ ਚੱਲੀ, ਸਟਾਰਟ ਹੋਈ ਸੀਗੀ। ਇਹ ਚੱਲਦੀ ਸੀਗੀ ਫਿਰੋਜ਼ਪੁਰ, ਹੁਸੈਨੀਵਾਲਾ, ਗੰਡਾ ਸਿੰਘ ਵਾਲਾ, ਕਸੂਰ, ਰਾਏਵਿੰਡ, ਇੱਥੇ ਨਵਾਜ਼ ਸ਼ਰੀਫ ਜੀ ਦੀਆਂ ਸ਼ੂਗਰ ਦੀ ਮਿੱਲਾਂ ਕਰਕੇ ਮਸ਼ਹੂਰ ਹੈ। ਇਹ 1947 ਤੱਕ ਟ੍ਰੇਨ ਚੱਲਦੀ ਰਹੀ। ਔਰ ਇਹ ਟ੍ਰੇਨ ਚੱਲਦੀ ਹੈ ਸਿਰਫ 23 ਮਾਰਚ ਵਾਲੇ ਦਿਨ ਇੰਡੀਅਨ ਰੇਲਵੇਜ਼ ਚਲਾਉਂਦੀ ਹੈ। ਅਸੀਂ ਉਹ ਟ੍ਰੇਨ ਦੇ ਵਿੱਚ ਸਾਰੇ ਅਫਸਰ, ਸਾਰਾ ਪ੍ਰਸ਼ਾਸਨ ਉਸ ਟ੍ਰੇਨ ਦੇ ਵਿੱਚ ਆਇਆ ਹੈ। ਔਰ ਇੱਕ ਸ਼ਹੀਦਾਂ ਨੇ ਕਿਸ ਤਰ੍ਹਾਂ ਇਹ ਸਫ਼ਰ ਟ੍ਰੇਨ 'ਚ ਸਫ਼ਰ ਕੀਤਾ ਹੋਏਗਾ ਉਹਦੀ ਫੀਲ ਲਿੱਤੀ ਹੈ। ਲੋਕਾਂ ਦੀਆਂ ਮੁਸ਼ਕਲਾਤਾਂ ਵੀ ਉਸ ਟ੍ਰੇਨ 'ਚ ਬੈਠ ਕੇ ਅਸੀਂ ਸੁਣੀਆਂ ਔਰ ਮਹਿਸੂਸ ਕੀਤੀਆਂ। ਅਤੇ ਅਸੀਂ ਹੁਣ ਰੇਲਵੇ ਡਿਪਾਰਟਮੈਂਟ ਨੂੰ ਇਹ ਵੀ ਅਪੀਲ ਕਰਨ ਜਾ ਰਹੇ ਹਾਂ ਕਿ 23 ਮਾਰਚ ਨੂੰ ਨਹੀਂ ਬਲਕਿ ਹਰ ਸੰਡੇ ਇੱਥੇ ਸ਼ਹੀਦਾਂ ਨੂੰ ਜਿਹਨੇ ਨਮਨ ਕਰਨਾ ਹੈ ਉਹ ਇਸ ਟ੍ਰੇਨ ਦੇ ਵਿੱਚ ਆਉਣ। ਔਰ ਇਹ ਹਰ ਸੰਡੇ ਨੂੰ ਉਸ ਟ੍ਰੇਨ ਦੀ ਚਲਾਉਣ ਦੀ ਆਪਣੀ ਰਿਕੁਐਸਟ ਰੇਲਵੇ ਡਿਪਾਰਟਮੈਂਟ ਨੂੰ ਭੇਜਣ ਜਾ ਰਹੇ ਹਾਂ। ਔਰ ਉਮੀਦ ਰੱਖਦੇ ਹਾਂ ਕਿ ਸਾਡੀ ਰੇਲਵੇ ਡਿਪਾਰਟਮੈਂਟ ਇਹ ਸਾਡੀ ਜਿਹੜੀ ਰਿਕੁਐਸਟ ਨੂੰ ਮੰਨ ਲੈਣਗੇ ਔਰ ਹਰ ਸੰਡੇ ਨੂੰ ਰੇਲ ਚੱਲਣੀ ਸਟਾਰਟ ਹੋ ਜਾਏਗੀ। ਹੁਸੈਨੀਵਾਲਾ ਦੇ ਰਸਤਿਆਂ ਉੱਤੇ ਦੇਸ਼ ਭਗਤੀ ਦੇ ਗੀਤਾਂ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਬਲੀਦਾਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਦੇਸ਼ ਅਤੇ ਪੰਜਾਬ ਭਰ ਦੀਆਂ ਕਈ ਸੰਸਥਾਵਾਂ ਨੇ ਸ਼ਹੀਦੀ ਦਿਵਸ ਦੇ ਇਸ ਸਮਾਗਮ ਵਿੱਚ ਮੌਕਾ ਲਿਆ। ਸਮਾਗਮ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਯਾਦ ਕਰਨ ਵਾਲੇ ਲੋਕ ਦਿੱਲੀ ਤੋਂ ਪਹੁੰਚੇ ਅਤੇ ਉਹਨਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਹਵਨ ਕੀਤਾ। ਭਗਤ ਸਿੰਘ ਮੈਤਰੀ ਸਨ। ਹਮ ਲੋਕ ਭਗਤ ਸਿੰਘ ਕੀ ਸਮ੍ਰਿਤੀ ਕੋ ਜਿੰਦਾ ਰੱਖਣੇ ਕੇ ਲੀਏ ਦ੍ਰਿੜ ਸੰਕਲਪ ਹੈ। ਔਰ ਕਿਸੀ ਨਾ ਕਿਸੀ ਮਾਧਿਅਮ ਸੇ, ਚਾਹੇ ਵੋ ਕੋਈ ਟੀ ਸ਼ਰਟ ਹੋ, ਚਾਹੇ ਕੋਈ ਚਾਬੀ ਕਾ ਛੱਲਾ ਹੋ, ਕੋਈ ਬਲੱਡ ਡੋਨੇਸ਼ਨ ਕੈਂਪ ਹੋ, ਕਿਸੀ ਨਾ ਕਿਸੀ ਮਾਧਿਅਮ ਸੇ ਉਨਕੋ ਹਮ ਲੋਕ ਯਾਦ ਕਰਤੇ ਰਹਤੇ ਹੈਂ, ਕੋਸ਼ਿਸ਼ ਕਰਤੇ ਹੈਂ ਕਿ ਵੋ ਹਰ ਘਰ ਮੇਂ ਪਹੁੰਚੇ, ਹਰ ਯੁਵਾ ਕੇ ਉਨਕੋ ਸੁਣਨੇ ਕਾ ਮੌਕਾ ਮਿਲੇ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀਵੀ ਐਨ ਆਰ ਆਈ।